ਸਤਿ ਸ਼੍ਰੀ ਅਕਾਲ ਬੱਚਿਓ, ਅੱਜ ਦਾ ਸਾਡਾ ਅਭਿਨੈ ਪੱਤਰ ਦਾ ਵਿਸ਼ਾ ਹੈ ਜੀ, ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਫੀਸ ਮੁਆਫ਼ੀ ਲਈ ਅਭਿਨੈ ਪੱਤਰ ਲਿਖੋ। ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਸੇਵਾ ਵਿਖੇ, ਮੁੱਖ ਅਧਿਆਪਕ ਜੀ, ਸਰਕਾਰੀ ਹਾਈ ਸਕੂਲ ਚੰਡੀਗੜ੍ਹ। ਇੱਥੇ ਤੁਸੀਂ ਆਪਣੇ ਸਕੂਲ ਦਾ ਨਾਮ ਲਿਖੋਗੇ ਅਤੇ ਤੁਹਾਡਾ ਸਕੂਲ ਜਿਹੜੇ ਸ਼ਹਿਰ ਵਿੱਚ ਹੈ ਉਸ ਸ਼ਹਿਰ ਦਾ ਨਾਮ ਲਿਖੋਗੇ। ਉਸ ਤੋਂ ਬਾਅਦ ਆਏਗਾ ਅਭਿਨੈ ਪੱਤਰ ਦਾ ਵਿਸ਼ਾ। ਸਾਡਾ ਵਿਸ਼ਾ ਹੈ ਜੀ ਫੀਸ ਮੁਆਫ਼ੀ ਲਈ ਅਭਿਨੈ ਪੱਤਰ। ਫਿਰ ਲਿਖਾਂਗੇ ਸ਼੍ਰੀਮਾਨ ਜੀ, ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 5ਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਇੱਕ ਦਫ਼ਤਰ ਵਿੱਚ ਚੌਂਕੀਦਾਰ ਹਨ। ਉਹਨਾਂ ਦੀ ਆਮਦਨ ਬਹੁਤ ਘੱਟ ਹੈ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ। ਮੇਰੇ 2 ਭੈਣ ਭਰਾ ਹੋਰ ਹਨ। ਉਹਨਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਪਿਤਾ ਜੀ ਦੀ ਹੀ ਹੈ। ਇਸ ਲਈ ਮੇਰੇ ਪਿਤਾ ਜੀ ਲਈ ਮੇਰੀ ਫੀਸ ਦੇਣਾ ਬਹੁਤ ਔਖਾ ਹੋ ਗਿਆ ਹੈ। ਮੈਂ ਪੜ੍ਹਾਈ ਵਿੱਚ ਬਹੁਤ ਮਿਹਨਤੀ ਵਿਦਿਆਰਥੀ ਹਾਂ। ਹਰ ਸਾਲ ਮੈਂ ਪ੍ਰੀਖਿਆ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹਾਂ। ਇਸ ਲਈ ਕਿਰਪਾ ਕਰਕੇ ਮੇਰੀ ਫੀਸ ਮੁਆਫ਼ ਕੀਤੀ ਜਾਵੇ ਤਾਂ ਜੋ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ। ਧੰਨਵਾਦ ਸਹਿਤ। ਆਖਿਰ ਵਿੱਚ ਆਏਗਾ ਬੱਚਿਓ ਆਪ ਜੀ ਦਾ ਆਗਿਆਕਾਰੀ, ਫਿਰ ਆਏਗਾ ਤੁਹਾਡਾ ਨਾਮ, ਫਿਰ ਤੁਹਾਡਾ ਰੋਲ ਨੰਬਰ, ਫਿਰ ਤੁਹਾਡੀ ਆਏਗੀ ਜਮਾਤ। ਜਮਾਤ ਮਤਲਬ ਕਲਾਸ, ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ 5ਵੀਂ ਜਮਾਤ ਹੈ। ਅਤੇ ਆਖਿਰ ਵਿੱਚ ਆਏਗੀ ਮਿਤੀ। ਮਿਤੀ ਹੁੰਦੀ ਹੈ ਜੀ ਡੇਟ, ਜਿਸ ਡੇਟ ਨੂੰ ਤੁਸੀਂ ਇਹ ਬਿਨੈ ਪੱਤਰ ਲਿਖਿਆ ਹੈ ਉਹ ਤੁਸੀਂ ਇੱਥੇ ਲਿਖ ਦਿਓਗੇ। ਧੰਨਵਾਦ।